बिस्मिल्लाहिर्रहमानिर्रहीम। ये मैंने बनाया है तकिए, इस तरह का डिज़ाइन है। ਸਰਾਂਦਾ ਡਿਜ਼ਾਇਨ ਇਹ ਕਰੇਲਿਆਂ ਵਾਲਾ ਇਹ ਮੈਂ ਬਣਾਇਆ ਤੱਕੀਆਂ ਦੇ ਛਾੜ। ਇੱਕ ਪੱਲਾ ਆਹ ਬਣਾਇਆ, ਦੂਸਰਾ ਇਹ ਪੱਲਾ। ਹੁਣ ਇਹਨਾਂ ਨੂੰ ਜੋੜ ਦੇਣਾ, ਇਸ ਤਰ੍ਹਾਂ ਰੱਖ ਕੇ ਦੋਨੇ ਪੱਲੇ ਜੁੜ ਜਾਣ ਦੇ, ਸਾਈਡਾਂ 'ਤੇ ਕਿੰਗਰੀ ਬਣ ਜਾਣੀ ਹੈ, ਫਿਰ ਤਕੀਆ ਮੁਕੰਮਲ ਹੋ ਜਾਏਗਾ। ਦੋ ਪੱਲੇ ਤਿਆਰ ਹੋ ਗਏ ਨੇ, ਹੁਣ ਦੋਨਾਂ ਨੂੰ ਜੋੜ ਕੇ ਇਹਨਾਂ ਦੇ ਸਾਈਡਾਂ 'ਤੇ ਕਰਨੀ ਹੈ ਕਿੰਗਰੀ, ਫਿਰ ਇਹ ਜਿਹੜੇ ਨੇ ਮੁਕੰਮਲ ਤਕੀਆ ਤਿਆਰ ਹੋ ਜਾਏਗਾ। ਇਹ ਮੇਰੇ ਭੈਣ ਭਰਾਵਾਂ ਨੂੰ ਦੱਸਣਾ, ਮੇਰੀਆਂ ਭੈਣਾਂ ਨੇ ਇਹ ਕਿਸ ਤਰ੍ਹਾਂ ਦਾ ਲੱਗਾ ਡਿਜ਼ਾਇਨ, ਕਮੈਂਟ ਕਰਕੇ ਜ਼ਰੂਰ ਦੱਸਣਾ। ਆਹ ਡਿਜ਼ਾਇਨ ਹੋਰ, ਆਹ ਡਿਜ਼ਾਇਨ ਹੋਰ, ਅਜੇ ਤਾਂ ਹੁਣ ਮੈਂ ਤਿਆਰ ਕਰਕੇ ਹਟੀ ਹਾਂ, ਤਾਂ ਗੋਲੇ ਮੇਰੇ ਕੋਲ ਹੀ ਪੈਣ। ਜੀ ਵਾਹ ਜੀ ਵਾਹ, ਮੇਰਾ ਯਾਨ ਤੋਂ ਹੀਰੋ ਲੱਗ ਰਿਹਾ। ਫੋਟੋ ਫਿਰ ਦਿਖਾਉਂਗੀ ਨਾ ਬਾਅਦ 'ਚ। ਮੇਰੇ ਭੈਣ ਭਰਾ ਜ਼ਿਆਦਾ ਜ਼ਿਆਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਬੈਲ ਦੇ ਬਟਨ ਨੂੰ ਦਬਾ ਦਿਆ ਕਰੋ। ਇੰਨੀ ਗਰਮੀ, ਇੰਨੀ ਗਰਮੀ, ਇਹਨਾਂ ਜਿੰਦੀ ਕੋਈ ਹਿਸਾਬ ਹੀ ਨਹੀਂ। ਇੰਨੀ ਗਰਮੀ ਦੇ ਵਿੱਚ ਵੀ ਅਸੀਂ ਇੱਥੇ ਕਮਰਿਆਂ 'ਚ ਸੋਈਦਾ, ਜ਼ਿਆਦਾ ਜ਼ਿਆਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਆਪਣਾ ਖੁੱਲ੍ਹਾ ਪਲਾਟ ਲੈ ਕੇ ਖੁੱਲ੍ਹਾ ਘਰ ਛੱਤੀ ਅਤੇ ਖੁੱਲ੍ਹੇ ਸਹਿਣ 'ਚ ਸੋਇਆ ਕਰੀਏ, ਇੰਨੀ ਗਰਮੀ ਦੇ ਵਿੱਚ ਅੰਦਰਾਂ 'ਚ ਸੌ ਸੌ ਕੇ। ਇਨਸਾਨ ਚੰਗਾ ਭਲਾ ਵੀ ਬਿਮਾਰ ਹੋ ਜਾਂਦਾ। ਕਮਰੇ 'ਚ ਸੌਣਾ ਕੋਈ ਆਸਾਨ, ਬਸ ਉੱਤੇ ਪੱਖਾ ਚੱਲ ਰਿਹਾ। ਮਾਰੀਆਂ ਇਹ ਚਾਰ ਪਾਈਆਂ,
ਔਰ ਇਧਰ ਹੀ ਹਮ ਰਾਤ ਕੋ ਸੋਤੇ ਹੈ। ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਿਆ ਕਰੋ, ਲਾਈਕ ਕਰਿਆ ਕਰੋ, ਤੁਹਾਡੀ ਇਹ ਹੀ ਬੜੀ ਸਪੋਰਟ ਅਤੇ ਚੈਨਲ ਨੂੰ ਸਬਰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਬੈਲ ਦੇ ਬਟਨ ਨੂੰ ਦਬਾ ਦਿਆ ਕਰੋ। ਜ਼ਰੂਰ ਦੱਸਣਾ ਜੀ ਆ ਡਿਜ਼ਾਇਨ ਕਿਸ ਤਰ੍ਹਾਂ ਦੇ ਲੱਗੇ, ਇੰਨੀ ਮਿਹਨਤ ਕਰਕੇ ਤਿਆਰ ਕਰੀਦਾ ਇੰਨੀ ਗਰਮੀ ਦੇ ਵਿੱਚ।